ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਵਿਦੇਸ਼ 'ਚ ਬੈਠੇ ਗੋਲਡੀ ਬਰਾੜ ਦੇ 3 ਐਸੋਸੀਏਟਸ ਕਾਬੂ ਕੀਤੇ ਹੈ। ਅਜੇ, ਅੰਕਿਤ ਤੇ ਲੱਕੀ ਇਹ ਤਿੰਨਾਂ ਨੂੰ ਜ਼ੀਰਕਪੁਰ ਦੇ AKS ਕਲੋਨੀ ਦੇ ਇੱਕ ਫਲੈਟ ਤੋਂ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਕੋਲੋਂ 32 ਬੋਰ ਦੀ ਪਿਸਟਲ, 11 ਜਿੰਦਾ ਕਾਰਤੂਸ ਰਿਕਵਰ ਕੀਤੇ ਨੇ। ਹਾਲਾਂਕਿ ਰਿਮਾਂਡ ਲਿਆ ਜਾ ਰਿਹਾ, ਰਿਮਾਂਡ 'ਚ ਪੁੱਛਗਿੱਛ 'ਚ ਕਈ ਖੁਲਾਸੇ ਹੁਣ ਕਰਦੇ ਨਜ਼ਰ ਆ ਰਹੇ ਨੇ। ਅੰਕਿਤ ਦੀ ਅਸੀਂ ਗੱਲ ਕਰ ਲਈਏ, ਪਿਛਲੇ ਦਿਨਾਂ 6 ਨਵੰਬਰ 2023 ਨੂੰ ਹਰਿਆਣਾ ਦੇ ਵਿੱਚ ਇੱਕ ਅਪਰਾਧਿਕ ਮਾਮਲੇ 'ਚ ਉਹਦੀ ਭਾਲ ਕਰ ਰਹੀ ਸੀਗੀ ਹਰਿਆਣਾ ਪੁਲਿਸ, ਲਗਾਤਾਰ ਵਾਂਟਿਡ ਸੀਗਾ। ਉਹਦੇ ਜਿਹੜੇ ਦੋ ਸਾਥੀ ਹੈ ਉਹ ਵੀ ਕਈ ਅਪਰਾਧਿਕ ਮਾਮਲਿਆਂ 'ਚ ਇਨਵੋਲਵ ਨੇ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਇਹ ਆਪਣੀ ਦੂਜੀ ਜਿਹੜੀ ਰਾਈਵਲ ਗੈਂਗ ਹੈ ਉਹਨਾਂ ਨੂੰ ਰੈਕੀ ਕਰ ਰਹੇ ਸੀਗੇ ਤੇ ਉਹ ਟਾਰਗੇਟ ਸੀਗੇ, ਔਰ ਜਲਦੀ ਉਹਨਾਂ ਦੀ ਇੱਕ ਮਰਡਰ ਕਰਨ ਦੀ ਪਲੈਨਿੰਗ ਜਿਹੜੀ ਉਹ ਕੀਤੀ ਜਾ ਰਹੀ ਸੀ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਹੁਣ ਤੱਕ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਸਾਰੇ ਜਿੰਨੇ ਵੀ ਰਾਈਵਲ ਗੈਂਗਸ ਨੇ ਉਹ ਟਾਰਗੇਟ ਤੇ ਸੀਗੇ ਤੇ ਰੈਕੀ ਵੀ ਕਰ ਚੁੱਕੇ ਸੀਗੇ ਤੇ ਜਲਦੀ ਇਹਨਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਪਹਿਲਾਂ ਪੰਜਾਬ ਔਰ ਉਸ ਤੋਂ ਬਾਅਦ ਰਾਜਸਥਾਨ। ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ, AGTF ਦੇ ਜਿਹੜੇ ਹੈਡ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਤੇ ਰਾਜਸਥਾਨ 'ਚ ਇਹਨਾਂ ਨੇ ਵੱਡੇ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਖਾਸ ਤੌਰ ਤੇ ਰਾਈਵਲ ਗੈਂਗ ਇਹਨਾਂ ਤੇ ਨਿਸ਼ਾਨੇ ਤੇ ਸੀਗੀ, ਕਿਉਂਕਿ ਲਗਾਤਾਰ ਲਾਰੈਂਸ ਬਿਸ਼ਨੋਈ ਗਰੁੱਪ, ਬੰਬੀਹਾ ਗਰੁੱਪ ਆਪਸ 'ਚ ਕਾਫੀ ਰਾਈਵਲ ਗੈਂਗਸ ਨੇ ਆਪਸ 'ਚ ਕਾਫੀ ਟਕਰਾਵ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ। ਇਸ ਕਰਕੇ ਇਹਨਾਂ ਨੂੰ ਟਾਰਗੇਟ ਦਿੱਤਾ ਗਿਆ ਸੀਗਾ, ਕਿਸ ਨੇ ਦਿੱਤਾ ਸੀ, ਕਿਹਦੇ ਹੈਂਡਲਰ ਸੀ, ਕਿਹਦੇ ਦੇ ਕਹਿਣ ਤੇ, ਸਾਰੀ ਚੀਜ਼ਾਂ ਕਰ ਰਹੇ ਸੀਗੇ। ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ, ਔਰ ਕਈ ਖੁਲਾਸੇ ਇਹਦੇ ਵਿੱਚ ਹੁਣ ਪੁਲਿਸ ਨੂੰ ਮਿਲੇ ਹੈ। ਹੋਰ ਕੌਣ ਕੌਣ ਇਹਨਾਂ ਦੇ ਨੈਕਸਸ 'ਚ ਸ਼ਾਮਿਲ ਹੈ, ਪੰਜਾਬ 'ਚ ਕਿੱਥੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ, ਹੋਰ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਇਹਨਾਂ ਦੇ ਨਾਲ ਇਨਵੋਲਵ ਨੇ, ਲੋਜਿਸਟਿਕ ਚੀਜ਼ਾਂ ਕੌਣ ਮੁਹੱਈਆ ਕਰਾ ਰਿਹਾ ਸੀਗਾ, ਇਹ ਜਿਹੜੀ 32 ਬੋਰ ਦੀ ਪਿਸਟਲ ਹੈ ਉਹ ਕਿਹਨੇ ਰਿਕਵਰ ਉਹ ਕਿਹਨੇ ਮੁਹੱਈਆ ਕਰੀ, ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪੁਲਿਸ, ਔਰ ਇਹਦੇ ਵਿੱਚ ਕਈ ਖੁਲਾਸੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਵਿਦੇਸ਼ 'ਚ ਬੈਠੇ ਗੋਲਡੀ ਬਰਾੜ ਦੇ 3 ਐਸੋਸੀਏਟਸ ਕਾਬੂ ਕੀਤੇ ਹੈ। ਅਜੇ, ਅੰਕਿਤ ਤੇ ਲੱਕੀ ਇਹ ਤਿੰਨਾਂ ਨੂੰ ਜ਼ੀਰਕਪੁਰ ਦੇ AKS ਕਲੋਨੀ ਦੇ ਇੱਕ ਫਲੈਟ ਤੋਂ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਕੋਲੋਂ 32 ਬੋਰ ਦੀ ਪਿਸਟਲ, 11 ਜਿੰਦਾ ਕਾਰਤੂਸ ਰਿਕਵਰ ਕੀਤੇ ਨੇ। ਹਾਲਾਂਕਿ ਰਿਮਾਂਡ ਲਿਆ ਜਾ ਰਿਹਾ, ਰਿਮਾਂਡ 'ਚ ਪੁੱਛਗਿੱਛ 'ਚ ਕਈ ਖੁਲਾਸੇ ਹੁਣ ਕਰਦੇ ਨਜ਼ਰ ਆ ਰਹੇ ਨੇ। ਅੰਕਿਤ ਦੀ ਅਸੀਂ ਗੱਲ ਕਰ ਲਈਏ, ਪਿਛਲੇ ਦਿਨਾਂ 6 ਨਵੰਬਰ 2023 ਨੂੰ ਹਰਿਆਣਾ ਦੇ ਵਿੱਚ ਇੱਕ ਅਪਰਾਧਿਕ ਮਾਮਲੇ 'ਚ ਉਹਦੀ ਭਾਲ ਕਰ ਰਹੀ ਸੀਗੀ ਹਰਿਆਣਾ ਪੁਲਿਸ, ਲਗਾਤਾਰ ਵਾਂਟਿਡ ਸੀਗਾ। ਉਹਦੇ ਜਿਹੜੇ ਦੋ ਸਾਥੀ ਹੈ ਉਹ ਵੀ ਕਈ ਅਪਰਾਧਿਕ ਮਾਮਲਿਆਂ 'ਚ ਇਨਵੋਲਵ ਨੇ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਇਹ ਆਪਣੀ ਦੂਜੀ ਜਿਹੜੀ ਰਾਈਵਲ ਗੈਂਗ ਹੈ ਉਹਨਾਂ ਨੂੰ ਰੈਕੀ ਕਰ ਰਹੇ ਸੀਗੇ ਤੇ ਉਹ ਟਾਰਗੇਟ ਸੀਗੇ, ਔਰ ਜਲਦੀ ਉਹਨਾਂ ਦੀ ਇੱਕ ਮਰਡਰ ਕਰਨ ਦੀ ਪਲੈਨਿੰਗ ਜਿਹੜੀ ਉਹ ਕੀਤੀ ਜਾ ਰਹੀ ਸੀ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਹੁਣ ਤੱਕ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਸਾਰੇ ਜਿੰਨੇ ਵੀ ਰਾਈਵਲ ਗੈਂਗਸ ਨੇ ਉਹ ਟਾਰਗੇਟ ਤੇ ਸੀਗੇ ਤੇ ਰੈਕੀ ਵੀ ਕਰ ਚੁੱਕੇ ਸੀਗੇ ਤੇ ਜਲਦੀ ਇਹਨਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਪਹਿਲਾਂ ਪੰਜਾਬ ਔਰ ਉਸ ਤੋਂ ਬਾਅਦ ਰਾਜਸਥਾਨ। ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ, AGTF ਦੇ ਜਿਹੜੇ ਹੈਡ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਤੇ ਰਾਜਸਥਾਨ 'ਚ ਇਹਨਾਂ ਨੇ ਵੱਡੇ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਖਾਸ ਤੌਰ ਤੇ ਰਾਈਵਲ ਗੈਂਗ ਇਹਨਾਂ ਤੇ ਨਿਸ਼ਾਨੇ ਤੇ ਸੀਗੀ, ਕਿਉਂਕਿ ਲਗਾਤਾਰ ਲਾਰੈਂਸ ਬਿਸ਼ਨੋਈ ਗਰੁੱਪ, ਬੰਬੀਹਾ ਗਰੁੱਪ ਆਪਸ 'ਚ ਕਾਫੀ ਰਾਈਵਲ ਗੈਂਗਸ ਨੇ ਆਪਸ 'ਚ ਕਾਫੀ ਟਕਰਾਵ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ। ਇਸ ਕਰਕੇ ਇਹਨਾਂ ਨੂੰ ਟਾਰਗੇਟ ਦਿੱਤਾ ਗਿਆ ਸੀਗਾ, ਕਿਸ ਨੇ ਦਿੱਤਾ ਸੀ, ਕਿਹਦੇ ਹੈਂਡਲਰ ਸੀ, ਕਿਹਦੇ ਦੇ ਕਹਿਣ ਤੇ, ਸਾਰੀ ਚੀਜ਼ਾਂ ਕਰ ਰਹੇ ਸੀਗੇ। ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ, ਔਰ ਕਈ ਖੁਲਾਸੇ ਇਹਦੇ ਵਿੱਚ ਹੁਣ ਪੁਲਿਸ ਨੂੰ ਮਿਲੇ ਹੈ। ਹੋਰ ਕੌਣ ਕੌਣ ਇਹਨਾਂ ਦੇ ਨੈਕਸਸ 'ਚ ਸ਼ਾਮਿਲ ਹੈ, ਪੰਜਾਬ 'ਚ ਕਿੱਥੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ, ਹੋਰ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਇਹਨਾਂ ਦੇ ਨਾਲ ਇਨਵੋਲਵ ਨੇ, ਲੋਜਿਸਟਿਕ ਚੀਜ਼ਾਂ ਕੌਣ ਮੁਹੱਈਆ ਕਰਾ ਰਿਹਾ ਸੀਗਾ, ਇਹ ਜਿਹੜੀ 32 ਬੋਰ ਦੀ ਪਿਸਟਲ ਹੈ ਉਹ ਕਿਹਨੇ
ਰਿਕਵਰ ਉਹ ਕਿਹਨੇ ਮੁਹੱਈਆ ਕਰੀ, ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਪੁਲਿਸ ਔਰ ਇਹਦੇ ਵਿੱਚ ਕਈ ਖੁਲਾਸੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।